ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ ਰੇਟ ਇੱਕ ਵਾਰ ਫਿਰ ਵਧਾ ਦਿੱਤੇ ਗਏ ਨੇ ਪ੍ਰਬੰਧਕਾਂ ਵੱਲੋਂ ਤੇ ਲੋਕ ਖਾਸ ਕਰਕੇ ਜਿਵੇਂ ਮਾਲਕ ਨੇ ਉਹ ਪਰੇਸ਼ਾਨ ਨੇ ਹਾਲਾਂਕਿ ਪਿੱਛੇ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਮੇਰੀਆਂ ਨਜ਼ਰਾਂ ਇਸ ਟੋਲ ਪਲਾਜ਼ੇ ਤੇ ਵੀ ਆ ਤੇ ਫਿਰ ਪੜਤਾਲ ਕੀਤੀ ਜਾਊਗੀ ਲੋਕਾਂ ਨੂੰ ਆਸ ਵੱਜੀ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਤੇ ਹੁਣ ਤੱਕ ਦਰਜਨ ਦੇ ਆਸ-ਪਾਸ ਟੋਲ ਪਲਾਜ਼ੇ ਬੰਦ ਕਰਵਾ ਚੁੱਕੇ ਨੇ ਇਹ ਵੀ ਟੋਲ ਪਲਾਜ਼ਾ ਬੰਦ ਹੋਏਗਾ ਹਾਲੇ ਕਿ ਸਰਕਾਰ ਨੇ ਉਹ ਟੋਲ ਪਲਾਜ਼ੇ ਬੰਦ ਕਰਵਾਏ ਸੀ ਜਿਨ੍ਹਾਂ ਦੀ ਮਿਆਦ ਖਤਮ ਹੋ ਗਈ ਸੀ ਲੇਕਿਨ ਜਿਸ ਦਿਨ ਲੁਧਿਆਣਾ ਦਾ ਟੋਲ ਪਲਾਜ਼ਾ ਬੰਦ ਹੋ ਗਿਆ ਲੋਕ ਵੱਡੇ ਪੱਧਰ ਤੇ ਰਾਹਤ ਮਹਿਸੂਸ ਕਰਨਗੇ ਪਤਾ ਨਹੀਂ ਉਹ ਦਿਨ ਕਦੋਂ ਆਏਗਾ ਲੇਕਿਨ ਫਿਲਹਾਲ ਟੋਲ ਪਲਾਜ਼ਾ ਨੇ ਰੇਟ ਵਧਾ ਦਿੱਤੇ ਨੇ ਤੇ ਜਿਹੜੇ ਇਸ ਟੋਲ ਪਲਾਜ਼ਾ ਰਾਹੀਂ ਸਫ਼ਰ ਕਰਨਗੇ ਉਹਨਾਂ ਦੀ ਜੇਬ ਹੋਰ ਢਿੱਲੀ ਹੋ ਗਈ ਆ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਜਾਣੇ ਜਾਂਦੇ ਲਾਡੋਵਾਲ ਟੋਲ ਪਲਾਜ਼ੇ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹੁਣ ਕਾਰ ਲਈ ਜਿੱਥੇ ਪਹਿਲਾਂ 165 ਰੁਪਏ ਦੇਣੇ ਪੈਂਦੇ ਸੀ ਹੁਣ 165 ਦੀ ਬਜਾਏ 215 ਰੁਪਏ ਦੇਣੇ ਪੈਣਗੇ ਰੇਟ ਲਾਗੂ ਹੋ ਚੁੱਕੇ ਨੇ ਲਾਡੋਵਾਲ ਟੋਲ ਪਲਾਇਆ ਦੀ 4 ਮਹੀਨੇ ਬਾਅਦ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਐਨ ਐਚ ਏ ਆਈ ਬਲੋ ਇੱਕ ਵਾਰ ਫਿਰ ਇਸ ਟੋਲ ਪਲਾਜੇ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ 30% ਦੀ ਵਾਧਾ ਕੀਤਾ ਗਿਆ ਜਿਸ ਕਰਕੇ ਯਾਤਰੀਆਂ ਦੀ ਟੋਲ ਪਲਾਜਾ ਤੇ ਲੁੱਟਖਸਟ ਫੇਰ ਵੱਧ ਜਾਊਗੀ ਖਾਸ ਕਰਕੇ ਜਿਹੜੇ ਲੋਕ ਲੁਧਿਆਣਾ ਤੋਂ ਜਲੰਧਰ ਦਾ ਇਸ ਜਰੀਏ ਟੋਲ ਪਾਰਾ ਜ ਰਹੀ ਸਫਰ ਕਰਦੇ ਨੇ ਉਹਨਾਂ ਤੇ ਅਸਰ ਪਏਗਾ ਹੁਣ ਕਾਰ ਜੀਪ ਵੈਨ ਦੇ ਸਿੰਗਲ ਟ੍ਰਿਪਲ ਏ 215 ਪੇ ਚੁਕਾਉਣੇ ਪੈਣਗੇ ਜਦ ਕਿ ਪਹਿਲਾਂ 165 ਰੁਪਏ ਲੱਗਦੇ ਸੀ ਹੁਣ 215 ਰੁਪਏ ਲੱਗਿਆ ਕਰਨਗੇ 30% ਦੀ ਵਾਧਾ ਕਰ ਦਿੱਤਾ ਗਿਆ ਮਲਟੀ ਐਕਸਲ ਜਿਹੜੇ ਵਾਹਨ ਨੇ ਉਹਨਾਂ ਲਈ ਟੋਲ ਦਰਾਂ ਵਿੱਚ ਵੀ ਬਦਲਾਅ ਕੀਤਾ ਗਿਆ ਐਨ ਐਚ ਏ ਆਈ ਨੇ ਹੁਣ ਵਹੀਕਲ ਜਿਹੜੇ ਨੇ ਉਹਨਾਂ ਐਕਸਲ ਦੀ ਸੰਖਿਆ ਦੇ ਆਧਾਰ ਤੇ ਟੋਲ ਦਰਾਂ ਵਿੱਚ ਬਦਲਾਅ ਕੀਤਾ 3 ਐਕਸਲ ਵਾਲੇ ਕਮਰਸ਼ੀਅਲ ਵਾਹਨਾਂ ਦੇ ਇੱਕ ਟ੍ਰਿਪ ਲਈ ਹੁਣ 795 ਰੁਪਏ ਲੱਗਣਗੇ ਔਰ 4 6 ਐਕਸਲ ਵਾਲੇ ਜਿਹੜੇ ਵਾਹਨ ਨੇ ਉਹਨਾਂ ਦੇ 1140 ਰੁਪਏ ਉਹਨਾਂ ਨੂੰ ਟੋਲ ਦੇਣਾ ਪਵੇਗਾ 7 ਜਾਂ ਇਸ ਤੋਂ ਵੱਧ ਜਿਹੜੇ ਐਕਸਲ ਵਾਲੇ ਵਾਹਨ ਨੇ ਉਹਨਾਂ ਨੂੰ ਇੱਕ ਸਾਈਡ ਦਾ 1390 ਰੁਪਏ ਭੁਗਤਾਨ ਕਰਨਾ ਪਏਗਾ ਇਸ ਵਿੱਚ ਇਹਮ ਗੱਲ ਇਹ ਵੀ ਹੈ ਕਿ ਬਿਨਾ ਫਾਸਟੈਗ ਵਾਲੇ ਵਾਹਨ ਜਿਹੜੇ ਨੇ ਉਹਨਾਂ ਦੇ ਹੁਣ ਇੱਕ ਟ੍ਰਿਪ ਦਾ ਦੁੱਗਣਾ ਟੈਕਸ ਲਿਆ ਜਾਊਗਾ ਕਾਰ ਵਿੱਚ ਅਗਰ ਫਾਸਟੈਗ ਨਹੀਂ ਲੱਗੇਗਾ ਲੱਗਿਆ ਹੋਵੇਗਾ ਤੇ ਉਸ ਕਾਰ ਮਾਲਕ ਨੂੰ 430 ਰੁਪਏ ਦੇਣੇ ਪੈਣਗੇ ਇਸ ਤੋਂ ਇਲਾਵਾ NHAI ਨੇ ਜਿਹੜੇ ਮੰਥਲੀ ਮਾਸਕ ਵਿੱਚ ਵੀ ਬਦਲਾਅ ਕਰ ਦਿੱਤਾ ਹੈ ਇਸੇ ਟੋਲ ਪਲਾਇਆ ਦੇ ਵਿੱਚ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਤੱਕ ਹੀ ਹੁਣ ਸੀਮਿਤ ਕਰ ਦਿੱਤਾ ਹੈ ਔਰ ਗੈਰ ਕਮਰਸ਼ੀਅਲ ਜਿਹੜੇ ਵਾਹਨਾਂ ਦੇ ਲਈ ਹੁਣ ਪਾਸ ਦਾ ਰੇਟ 330 ਰੁਪਏ ਕਰ ਦਿੱਤਾ ਗਿਆ ਐਨ ਐਚ ਏ ਆਈ ਦੇ ਪ੍ਰਯੋਜਨਾ ਨਿਰਦੇਸ਼ਕ ਨੇ ਜਾਣਕਾਰੀ ਦਿੱਤੀ ਹੈ মিডিਆ ਨੂੰ ਕਿ ਦਰਾਂ ਦੇ ਵਿੱਚ ਜਿਹੜੇ ਨਿਯਮਾਂ ਦੇ ਅਨਸਾਰ ਹੀ ਸੋਧ ਕੀਤਾ ਗਿਆ ਸੋਸੋਧਨ ਹਜੇ ਤਿੰਨ ਹੋਟਲ ਤਿੰਨਡੇ ਟੋਲ ਪਲਾਜੇ ਤੇ ਲਾਗੂ ਹੋਏਗਾ ਜਿਸ ਵਿੱਚ ਲਾਡੂ ਲੁਧਿਆਣਾ ਦੇ ਲਾਡੂ ਵਾਲੇ ਟੋਲ ਪਲਾਜਾ ਕਰਨਾਲ ਜ਼ਿਲ੍ਹੇ ਦੇ ਕਰੋਂਡਾ ਟੋਲ ਪਲਾਜਾ ਅੰਬਾਲਾ ਦੇ ਵਿੱਚ ਕੱਗਰ ਟੋਲ ਪਲਾਜਾ ਸ਼ਾਮਲ ਹੈ। ਲਾਡੋਵਾਲ ਟੋਲ ਪਲਾਜਾ ਦੇ ਪ੍ਰਬੰਧਕ ਗੌਰਵ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਬੀਤੀ ਰਾਤ ਹੀ ਵੱਡੇ ਅਧਿਕਾਰੀਆਂ ਤੋਂ ਆਦੇਸ਼ ਆਏ ਸੀ ਜਿਸ ਕਰਕੇ ਅਸੀਂ ਲਾਗੂ ਕਰ ਦਿੱਤਾ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਜਿੱਥੇ ਪਹਿਲਾਂ ਇੱਕ ਟ੍ਰਿਪ ਦਾ ਜੇ ਕਿਸੇ ਨੇ ਇੱਕੋ ਵਾਰੀ ਵਨ ਸਾਈਡ ਜਾਣਾ ਸੀ ਕਾਰ ਉਹਨੂੰ 160 ਰੁਪਏ ਦੇਣੇ ਪੈਂਦੇ ਸੀ ਲੇਕਿਨ ਹੁਣ 215 ਰੁਪਏ ਦੇਣੇ ਪੈਣਗੇ ਘੱਟੋ-ਘੱਟ ਕਹਿ ਸਜਦੇ ਕਿ 50 ਰੁਪਏ ਵਾਧੂ ਕਰ ਦਿੱਤੇ ਗਏ ਨੇ ਇਹ ਵੱਡਾ ਇੱਕ ਬੋਝ ਆ ਹਾਲਾਂਕਿ ਜਦੋਂ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਹੋਣਾ ਨੇ ਵੀ ਧਰਨਾ ਦਿੱਤਾ ਸੀ ਧਰਨੇ ਤੋਂ ਬਾਅਦ ਪਤਾ ਨਹੀਂ ਕਿ ਕਾਂਗਰਸ ਪਾਰਟੀ ਜਾਂ ਕਾਂਗਰਸ ਸਰਕਾਰ ਦਾ ਟੋਲ ਪਲਾਜ਼ਾ ਨਾਲ ਕੀ ਸਮਝੌਤਾ ਆ ਧਰਨਾ ਭਾਰਤ ਪੂਸ਼ਨ ਆਸ਼ੂ ਤੇ ਰਵਨੀਤ ਸਿੰਘ ਬਿੱਟੂ ਹੋਣਾ ਨੇ ਚੁੱਕ ਲਿਆ ਸੀ ਸੂਬੇ ਦੇ ਵਿੱਚ ਸਰਕਾਰ ਬਣ ਜਾਂਦੀ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਦਰਜਨ ਦੇ ਕਰੀਬ ਉਹਨਾਂ ਟੋਲ ਪਲਾਜ਼ਾ ਨੂੰ ਬੰਦ ਕਰਕੇ ਵਾਵਾ ਕੱਟੀ ਆ ਜਿਨ੍ਹਾਂ ਦੀ ਲਗਭਗ ਮਿਆਦ ਖਤਮ ਹੋ ਗਈ ਸੀ ਹਾਲਾਂਕਿ ਕਾਂਗਰਸ ਵੇਲੇ ਵੀ ਮਿਆਦ ਖਤਮ ਹੁੰਦੀ ਸੀ ਲੇਕਿਨ ਐਕਸਟੈਂਸ਼ਨ ਮਿਲਦੀ ਜਾਂਦੀ ਰਹੀ ਹੈ ਲੇਕਿਨ ਪਿੱਛੇ ਜਿ ਇੱਕ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇੱਕ ਇਸ਼ਾਰਾ ਕੀਤਾ ਸੀ ਕਿ ਮੇਰੀਆਂ ਨਜ਼ਰਾਂ ਮੇਰੀਆਂ ਨਿਗਾਹਾਂ ਇਸ ਟੋਲ ਪਲਾਜ਼ੇ ਵੱਲ ਵੀ ਆ ਦੇ ਲੋਕ ਅਸ਼ਾਰਾ ਸਮਝ ਗਏ ਸੀ ਕਿ ਜਲਦ ਇਹ ਟੋਲ ਪਲਾजा ਵੀ ਚੁੱਕਿਆ ਜਾ ਸਕਦਾ ਲੇਕਿਨ ਫਿਲਹਾਲ ਟੋਲ ਪਲਾਜਾ ਚੁੱਕਣਾ ਕੀ ਹੈ ਟੋਲ ਪਲਾਜਾ ਬੰਦ ਕੀ ਕਰਨਾ ਉਹਨਾਂ ਨੇ ਤੇ 30% ਦੀ ਵਾਧਾ ਹੀ ਕਰ ਦਿੱਤਾ ਜਿੱਥੇ ਪਹਿਲਾਂ ਕਾਰ ਦਾ ਇੱਕ ਸਾਈਡ ਦਾ 165 ਰੁਪਏ ਲੱਗਦੇ ਸੀ ਉਹਦੇ ਚ 50 ਰੁਪਏ ਵਾਧਾ ਕਰ ਦਿੱਤਾ ਗਿਆ ਮਤਲਬ ਤੁਸੀਂ ਇੱਕ ਵਾਰ ਟੋਲ ਪਲਾਜਾ ਕਰਾਸ ਕਰ ਲਿਆ ਤੁਹਾਨੂੰ ਹੁਣ 215 ਰੁਪਏ ਦੇਣ ਪੈਣਗੇ ਵੱਡਾ ਬੋਝ ਪਾ ਦਿੱਤਾ ਗਿਆ ਟੋਲ ਪਲਾਜਾ ਵਾਲਿਆਂ ਨਾਲ ਯਾਤਰੀ ਵਾਰ ਮਾਲਕ ਖਫਾ ਨੇ ਤੇ ਸਰਕਾਰਾਂ ਖੁਸ਼ ਨੇ ਫੁਲਾਦ ਇਸ ਜਾਣਕਾਰੀ ਦੇ ਨਾਲ ਤੜਤੋ ਲੈਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ